ਬਹੁਤ ਵਧੀਆ ਬਹੁਤ ਵਧੀਆ ਹੋਇਆ। ਕੜੀ ਮਿੱਤਰਾਂ ਦੀ ਵੈਰੀਆਂ ਦਾ ਸਾਲ ਆ ਗਿਆ, ਹੱਟ ਪਿੱਛੇ ਹੱਟ ਧਾਲੀ ਆਲ ਆ ਗਿਆ। ਹੈਲੋ ਜੀ, ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਹਰਪਾਲ ਧਾਲੀਵਾਲ, ਤੇ ਅੱਜ ਫੇਰ ਰੇਡੀ ਸ਼ੇਡੀ ਹੋ ਕੇ ਇੱਕ ਹੋਰ ਵਿਆਹ ਤੇ ਜਾਣ ਲੱਗੇ ਆ। ਕੀ ਕਹਿਣ ਦਿਓ, ਅੱਜ 8 ਵਜੇ ਤੋਂ ਪਹਿਲਾਂ ਹੀ ਤਿਆਰ ਹੋ ਗਿਆ ਮੈਂ। ਕਦੀ ਕਦੀ ਆ ਵੀ ਹੋ ਜਾਂਦਾ ਹੈ, ਕਿਉਂਕਿ ਐਰਕਾਂ ਵਿਚੋਲੇ ਆ ਅਸੀਂ, ਤੇ ਵਿਚੋਲਿਆਂ ਨੂੰ ਟਾਈਮ ਸਿਰ ਜਾਣਾ ਪੈਂਦਾ, ਘਰਦਿਆਂ ਨੇ ਠਾਤਾ, ਤਿਆਰ ਵੀ ਕਰਾਤਾ, ਤੇ ਹੁਣ ਨਿਕਲ ਲੱਗੇ ਆ। ਧੁੱਪ ਚੜ ਗਈ ਹੈ ਵਧੀਆ, ਤੇ ਫਿਲਹਾਲ ਸਾਰੇ ਥੱਲੇ ਵੇਟ ਕਰ ਰਹੇ ਨੇ ਮੇਰਾ, ਤੇ ਨਿਕਲਦੇ ਆ। ਹਲਕੇ ਚ ਨਾ ਲਿਓ ਸਾਨੂੰ, ਅਸੀਂ ਓਡੀ ਵੀ ਲੈ ਕੇ ਚੱਲੇ ਆ ਬਰਾਤੇ, ਤੇ ਪਿੱਛੇ ਫੋਰ ਟਰੈਕਟਰ ਵੀ ਏ। ਮੁੰਡਾ ਓਡੀ ਚ, ਬਾਪੂ ਜੀ ਫੋਰ ਟਰੈਕਟਰ ਦੇ, ਮਗਰੋਂ ਮਗਰੀ ਬਟਰ ਹੈ ਹੀ ਨਹੀਂ, ਨਾਲ ਆ ਜਾ ਜੱਫੀ ਪਾ ਕੇ। ਆ ਬਹੁਤ ਜ਼ਹਿਰੀ ਲੱਗੇ ਡਿਆ ਵੈ। ਕਿਹੜੇ ਚਮਚੇ? ਚੰਗਾ ਫਿਰ, ਟਾਟਾ ਬਾਏ ਬਾਏ। ਗੁਰਦੁਆਰੇ ਹੀ ਜਾਣਾ ਸੀ, ਉੱਥੇ ਗੰਦਰਪੁਰ ਜਾਣਾ, ਇੱਧਰ ਜਾਣਾ ਬਲਾਕਪੁਰ। ਚੱਲ ਆਪਾਂ ਚੱਲੀਏ ਬਈ। ਬੀਬੀ ਬਹਿ ਗਏ ਹੋ? ਚਲੋ ਆਪਾਂ ਦੋਵੇਂ ਚੱਲੀਏ ਫਿਰ। ਹਾਂ ਹਾਂ, ਸਾਰਿਆਂ ਨੂੰ ਲੈ ਕੇ ਜਾਣਾ। ਹਾਂ, ਮੈਂ ਆਪਣੇ ਮੁੰਡੇ ਨੂੰ ਤੇ ਜ਼ਰੂਰ ਫੜਨਾ। ਹਾਂਜੀ, ਵਿਚੋਲਾ ਸਾਹਿਬ ਤਿਆਰੀ ਹੈ ਪੂਰੀ। ਬਸ ਹੁਣ ਗੱਡੀਆਂ ਬੰਦੇ ਜ਼ਿਆਦਾ ਆਉਂਦੇ, ਹੁਣ ਇੱਕ ਅੱਧੀ ਸਵਾਰੀ ਕੱਢਣਗੇ, ਇੱਕ ਗੱਡੀ ਕੋਈ ਅੰਦਰ ਖਲੋਤੀ ਹੋਊ ਲੈਣੀ। ਦਬਕਾ ਦੁਬਕਾ ਮਾਰੋ ਯਾਰ ਕੋਈ। ਹਾਂ ਪਾਲਾ ਤੇ ਰੇਡੀ ਏ। ਸਾਡਾ ਰਾਦਾ ਹੀ ਘੰਟੇ ਕੁ ਤੱਕ ਪਹੁੰਚ ਜਾਂਗੇ, 2 ਘੰਟੇ ਲੱਗ ਗਏ ਨੇ ਆਪਾਂ ਨੂੰ, ਪੂਰੇ 2 ਘੰਟੇ। ਤੇ ਉਹ ਇੰਨਾ ਕੁ ਤੇ ਲੱਗਦਾ ਹੀ, ਹੁਣ ਬਰਾਤੇ ਆਏ ਆਪਣੇ ਹਿਸਾਬ ਨਾਲ ਥੋੜੀਆਂ ਹੀ ਭਜਾਈ ਜਾਵਾਂਗੇ ਕਿਵੇਂ ਬੰਦੇ ਨੂੰ, ਲੇਕਿਨ ਫਿਰ ਵੀ ਬੜੀ ਸਪੀਡੋ ਸਪੀਡ ਆਇਆ। ਪੂਰੇ 10 ਵਜੇ ਤੁਰੇ ਹਾਂ, ਦਸ ਦਸ ਦੇ ਮੱਠ ਖੜੇ ਹਾਂ, ਮਤਲਬ ਘਰੋਂ ਲਾ ਲਾ 10-15 ਮਿੰਟ, ਇੰਨੇ ਕੀ 11:50 ਹੋ ਗਏ ਨੇ, ਤੇ 9:50 ਦੇ ਤੁਰੇ ਹੋਣੇ ਆ ਘਰੋਂ ਆਪਾਂ। ਚਲੋ ਅੱਜ ਅਗਰ ਆਪਣੀ ਟਾਈ ਸੂਤ ਆ ਗਈ ਤੇ ਫਿਰ ਕੁੱਕੂ ਨੂੰ ਮੈਂ ਇਜਾਜ਼ਤ ਦੇ ਦਾਂਗਾ ਕਿ ਫਿਰ ਇਹ ਚਾਲੂ ਕਰਾ ਦੇ। ਚਲੋ ਬਹਿ ਜਾਓ ਅੰਦਰ। ਫੇਰੇ ਹੋ ਗਏ ਨੇ, 1 ਘੰਟਾ ਲੱਗਾ ਹੈ, ਅਸੀਂ ਬਾਹਰ ਹੀ ਬੈਠੇ ਰਹੇ। ਹੁਣ ਪੈਲੇਸ ਚੱਲੀਏ, ਕੁਛ ਖਾਧਾ ਪੀਤਾ ਜਾਏ, ਭੁੱਖ ਬੜੀ ਲੱਗਣ ਡੀ। ਸਵੇਰ ਦੀ ਸਿਰਫ ਖਿਚੜੀ ਖਾਧੀ ਹੈ, ਘਰੋਂ ਤੁਰਨ ਲੱਗਿਆ ਉਹ ਵੀ ਨਹੀਂ ਖਾਧੀ। ਹੁਣ ਲਾ ਲਓ ਰੰਗ ਜਿਹੜੇ ਲਾਉਣੇ ਆ ਤੁਸੀਂ। ਹੁਣ ਦੱਸ, ਤੇਰੀ ਸਪੈਸ਼ਲ ਰਿਕੁਐਸਟ ਕੀ ਸੀ? ਵਲੋਗ ਹਿੰਦੀ 'ਚ ਬਣਾਇਆ ਕਰੀਏ, ਪੰਜਾਬੀ 'ਚ? ਪੰਜਾਬੀ 'ਚ ਠੀਕ ਹੈ, ਤੇ ਹੁਣ ਪੰਜਾਬੀ 'ਚ ਹੀ ਆਉਣ ਡੇ ਨੇ ਸਰ। ਅਰੇ ਯਾਰ, ਇਹਨਾਂ ਨੇ ਡਰੈਸ ਕਿੰਨੀ ਸੋਹਣੀ ਪਾਈ ਆ, ਮੈਚਿੰਗ ਕਰਕੇ ਸਕੇ ਸਕੇ। ਤੈਨੂੰ ਕਿੰਨੇ ਦੱਸੀ ਆ ਗੱਲ? ਤੈਨੂੰ ਕਿੰਨੇ ਦੱਸੀ ਆ ਗੱਲ? ਅੱਛਾ, ਚਾਚੂ ਦੇ ਮੁੰਡੇ ਆ, ਤਾਂ ਪਤਾ ਹੈ ਹਨਾ। ਆ ਨਹੀਂ ਆ ਨਹੀਂ ਚਮਚ ਆਈ, ਬਸ ਕਰੀਮ ਆਪਣੇ ਹਿਸਾਬ ਨਾਲ ਰੱਖਿਓ, ਆਪਣੇ ਵੱਲੋਂ ਨਾ ਜੇ ਇੰਨੇ ਕਰਤਵ ਨਾ ਹੋਗਾ ਕਿ
ਕਿਤੇ ਅੰਤਾਂ ਦੀ ਗਰਮੀ ਪੈਣ ਡੀ ਹੈ, ਖਾ ਪੀ ਕੇ ਆ ਗਿਆ, ਪੂਰਾ ਏਸੀ ਚਲਾਇਆ ਜੇ ਫੁੱਲ ਕਰਕੇ, ਕੋਟ ਨਹੀਂ ਲਾਣਾ, ਕੋਟ ਯਾਰ ਹੁਣ ਅਨਕੰਫਰਟੇਬਲ ਹੋ ਜਾਊਗਾ ਲਾ ਕੇ ਵੀ। ਤੇ ਥੋੜੀ ਦੇਰ ਗੱਡੀ ਚ ਬਹਿ ਕੇ ਏਸੀ ਉਸੀ ਚਲਾ ਕੇ ਮੌਸਮ ਠੰਡੇ ਹੁੰਦਾ ਸੀ ਇੰਤਜ਼ਾਰ ਕੀਤਾ, ਹੁਣ ਮੌਸਮ ਕੂਲ ਡਾਊਨ ਹੋ ਗਿਆ ਤੇ ਹੁਣ ਆਪਾਂ ਥੋੜਾ ਭੁੱਖ ਲੱਗ ਰਹੀ ਹੈ, ਕੁਛ ਖਾ ਲਿਆ ਜਾਵੇ ਹਲਕਾ ਫੁਲਕਾ, ਘਰਦੇ ਵੀ ਫੋਨ ਕਰ, ਗਰਮੀ ਬਹੁਤ ਹੀ। ਮੇਰਾ ਤਾਂ ਕੋਟ ਪੈਂਟ ਵੀ ਇਨਰ ਵਾਲਾ ਹੈ, ਉੱਤੋਂ ਗਰੇ ਕਲਰ ਦਾ ਬਲੈਕ ਕਲਰ ਦਾ ਕੰਬੀਨੇਸ਼ਨ, ਗਰਮੀ ਜ਼ਿਆਦਾ ਲੱਗਦੀ ਹੈ। ਚੱਲ 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 ਟੇਬਲ ਟੇਬਲ 'ਤੇ ਰੱਖੋ, ਇਹ ਚੱਕਰ ਮੈਂ ਤੁਹਾਨੂੰ ਜ਼ਿਆਦਾ ਖਿਲਾ ਦੋਗੇ ਮੁੰਝੇ, ਬਸ ਜ਼ਿਆਦਾ ਖਿਲਾ ਦੋਗੇ। ਹੋਰ ਹਾਂ ਬਈ, ਤੁਹਾਨੂੰ ਕੀ ਹਾਲ ਨੇ? ਕੀ ਹਾਲ ਏ, ਕੀ ਹਾਲ ਏ, ਕੀ ਆ ਗਈ ਨਵਾਂ ਬਣਿਆ ਸਾਲੇ, ਪਾਗਲ ਹੋਈ ਤੜਵਾਈ ਜਾਂਦੇ, ਸਾਡਾ ਵੀ ਤੇ ਐਵੇਂ ਲੱਗੀ ਪੱਪੀ ਆ, ਫਿਰ ਜੇ ਤੜਵਾਉਣਗੇ ਤੇ ਬਣਵਾਉਣਗੇ ਵੀ ਤੁਹਾਡੇ ਕੋਈ। ਆ ਵੀ ਗੱਲ ਸਹੀ, ਆ ਵੀ ਗੱਲ ਸਹੀ, ਸੋਨੂੰ ਇਹਨੇ ਹਜੇ ਵੀ ਤੇਰਾ ਨਾਮ ਸੋਨੂੰ ਮਲੇਸ਼ੀਆ ਲਿਖਿਆ ਜੀ, ਇਹਨੂੰ ਕਿਹਾ ਯਾਰ ਹੁਣ ਤੇ ਬਦਲ ਦੇ। ਚੱਲ ਸੋਨੂੰ ਤੁਰਨ ਲੱਗੇ ਆ, ਠੀਕ ਹੈ, ਓਕੇ ਆਓ ਤਾਂ ਕੱਲ ਆਉਣਾ ਸਾਡੇ ਪੈਸੇ ਨਹੀਂ ਦੇਣੇ, ਚਲੋ ਹਾਂਜੀ। ਤੇ ਸਾਨੂੰ ਘੱਟੋ ਘੱਟ 2 ਘੰਟੇ ਲੱਗ ਗਏ ਨੇ ਪੀਲੀਭੀਤ, ਲੱਗ ਕੇ ਗਏ ਹਾਂ ਬਰਾਤ ਲੈ ਕੇ, ਮਤਲਬ ਪੀਲੀਭੀਤ ਉੱਥੋਂ ਲਾ ਲਓ ਅੱਧੇ ਕੁ ਘੰਟੇ ਦਾ ਰਾਹ ਬਚਾਉਣਾ ਹੈ। ਤੇ ਹੁਣ 7 ਵੱਜ ਚੁੱਕੇ ਨੇ ਤੇ 7 ਵਜੇ ਜਾ ਕੇ ਵਾਪਸੀ ਹੋਈ ਸਾਡੀ, ਤੇ ਹੁਣ ਫੇਰ ਸਿੱਧਾ ਇੱਥੋਂ ਭੂਆ ਘਰ ਚੱਲੇ ਆ, ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਹੈ। ਤੇ ਬਸ ਘਰੇ 2 ਮਿੰਟ ਦਾ ਸਟੋਪੇਜ ਸੀਗਾ, ਫਿਰ ਬੈਕ, ਤੇ ਉਹੀ 10-11-12 ਵੱਜਣੇ ਰੋਜ਼ ਦੇ ਵਾਂਗੂ। ਬਾਕੀ ਅੱਜ ਗਰਮੀ ਨੇ ਬੜਾ ਬੁਰਾ ਹਾਲ ਕੀਤਾ, ਜਾਂ ਮੇਰਾ ਕੋਟ ਪੈਂਟ ਇੱਦਾਂ ਦਾ ਹੈ ਤਾਂ ਜ਼ਿਆਦਾ ਗਰਮੀ ਲੱਗਣ ਡਈ ਹੈ। ਚਲੋ ਜੋ ਵੀ ਹੈ, ਫਿਲਹਾਲ ਮਜ਼ਾ ਆਇਆ, ਜਿੰਨਾ ਚਿਰ ਤੱਕ ਅਸੀਂ ਘਰੇ ਰੁਕੇ ਆ ਉਨੀ ਦੇਰ ਚ ਦੂਲਾ ਸਾਡੇ ਤੋਂ ਪਹਿਲਾਂ ਪਹੁੰਚ ਗਿਆ, ਨਹੀਂ ਤੇ ਅਸੀਂ ਪਹੁੰਚਣਾ ਹੀ। ਚੱਲੀਏ ਹੁਣ ਫਟਾਫਟ, ਆ ਵੀ ਕੰਮ ਕਰਦੇ ਰਹੇ ਆ। ਗਿਆਰਾਂ ਹਜ਼ਾਰ ਮੈਂ ਸੋਚਿਆ ਪੂਜਾ ਸੱਚੀ ਬੈਠਾ ਸੀਗਾ ਇੱਕ ਵੰਜਾ ਸੌ ਮਿਲਣਾ ਜੇ ਫਿਰ ਗਿਆਰਾਂ ਹਜ਼ਾਰ ਬਿਲਕੁਲ ਸਹੀ ਹੈ ਮੈਂ ਕੀ ਕਹਿੰਦੇ ਚਲੋ ਠੀਕ ਹੈ ਨਾ ਗਿਣੋ ਇੱਦਾਂ ਹੀ ਦੇ ਦੋ ਥੋੜੇ ਹੀ ਸਹੀ ਗੱਲ ਮੁਕਾਓ ਦਾਦੀ ਰੱਖ ਲਈ ਫੁੱਫੜ ਦੀ ਰੱਖ ਲਓ ਓ ਨਹੀਂ ਫੁੱਫੜ ਆਪਣੇ ਲਈ ਰੱਖਣ ਡਿਆ ਵਿੱਚੋਂ ਤੁਹਾਨੂੰ ਤੇ ਬਾਕੀ ਤੁਹਾਡੇ ਚਲੋ ਫੜੇ ਇੰਨੇ ਰੱਖ ਲਓ ਬੜੇ ਆ ਭੁੱਲ ਗਏ ਚਲੋ ਚਲੋ ਬਹੁਤ ਵਧੀਆ ਹੋ ਗਿਆ
ਅਰਜੁਨ ਦਾ ਜੇਬ ਉਠਾ, ਤਰਨਜੀਤ ਦਾ ਵੀ ਜੇਬ ਉਠਾ, ਫਿਰ ਇੰਨਾ ਮੈਂ ਮੈਨੂੰ ਲੱਗਾ ਧੋਖੇ ਨਾਲ ਲੱਗਿਆ ਇੰਨਾ ਕੋ, ਫਿਰ ਜੇ ਸਿੱਧਾ ਲੱਗਦਾ ਹੀ ਨਹੀਂ। ਓਏ ਓਏ ਭੂਆ ਜੀ, ਪਹਿਲਾਂ ਆਪ ਹੀ ਬਣਾ ਕੇ ਫਿਰ ਆਪ ਹੀ ਲਾਉਣ ਡਿਓ ਤੁਸੀਂ, ਗਲਤ ਗੱਲ ਹੈ। ਹੁਣ ਤੇ ਖਾਲੀ ਕਾਰਡ ਵੀ ਲੈ ਲੂਗਾ ਉਧਰੋਂ, ਇਹਦੀ ਇਹਦੀ ਡਿਮਾਂਡ ਤੇ ਪੈਸਿਆਂ ਦੀ ਹੈ ਹੀ ਨੀ ਗੀ। ਆ ਜਾ ਬਹੂ, ਆ ਜਾ ਆ ਜਾ, ਉੱਠ ਕੇ ਆ ਜਾ, ਸਭ ਮਿਕਸ ਕਰਕੇ ਖਾਵਾਂਗੇ ਅੱਜ। ਬੜੀ ਵਧੀਆ ਸਾਡੀ ਉਹ ਹੋਈ ਹੈ ਵਿਦਾਈ। ਹਾਂਜੀ ਘਰ ਆ ਗਏ ਹਾਂ, ਹੁਣ ਚੇਂਜ ਚੂੰਜ ਕਰੀਏ ਯਾਰ, ਰੈਸਟ ਕਰੀਏ, ਕਿਉਂਕਿ ਵਿਆਹ ਵਾਲੇ ਘਰ ਦੇ ਇਹਨਾਂ ਦੀ ਕੱਲ੍ਹ ਦੀ ਛੁੱਟੀ ਹੈ, ਇਹਨਾਂ ਨੇ ਪਰਸੋਂ ਰਿਸੈਪਸ਼ਨ ਰੱਖੀ ਹੈ, ਪਰ ਆਪਣੀ ਕੋਈ ਛੁੱਟੀ ਨਹੀਂ ਗੀ, ਆਪਾਂ ਨੂੰ ਕੱਲ੍ਹ ਵੀ ਵਿਆਹ ਵੇਖਣ ਜਾਣਾ ਪੈਣਾ ਹੈ। ਆਪਣੀ ਤਾਂ ਬੁਕਿੰਗ ਚੱਲ ਰਹੀ ਹੈ ਦਬਾ ਕੇ, ਹਜੇ 2-4 ਦਿਨ ਲਗਾਤਾਰ ਵਿਆਹ ਵੇਖਣੇ ਆ, ਰੈਸਟਾਂ ਹੋ ਨਹੀਂ ਰਹੀਆਂ। ਫਿਲਹਾਲ ਅੱਜ ਦਾ ਵਲੋਗ ਜੇ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ, ਟਿਲ ਦੈਨ ਟੇਕ ਕੇਅਰ, ਬਾਏ ਬਾਏ।